ਇਹ ਬਹੁਤ ਵਧੀਆ ਬਣਾ ਰਿਹਾ ਜੀ। ਅੱਜ ਪਹਿਲੇ ਦਿਨ ਹੀ ਸਟਾਲ 'ਤੇ ਅਸੀਂ ਖਾਣ ਵਾਸਤੇ ਖੜ੍ਹੇ ਹਾਂ ਖਾਣਾ, ਹੁਣ ਇੱਥੇ ਕਚਹਿਰੀ ਦੇ ਵਿੱਚ ਕੰਮ ਆਏ ਸੀ, ਦੁਪਹਿਰ ਦਾ ਸਮਾਂ ਹੋ ਗਿਆ ਅਤੇ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਕੰਮ ਕਰਕੇ ਮੁੰਡੇ ਜਿਵੇਂ ਬਾਹਰ ਜਾ ਰਹੇ ਨੇ, ਇਹ ਬਹੁਤ ਵਧੀਆ ਕੰਮ ਕਰ ਰਹੇ ਆ, ਨਾਲੇ ਮਿਹਨਤ ਕਰ ਰਿਹਾ, ਨਾਲੇ ਆਉਣ ਜਾਣ ਵਾਲਿਆਂ ਦਾ ਪੇਟ ਭਰ ਰਿਹਾ ਹੈਗਾ, ਕੋਈ ਜ਼ਿਆਦਾ ਕੋਸਟ ਵੀ ਨਹੀਂ ਹੈ ਅਤੇ ਸਧਾਰਨ ਕੋਸਟ ਰੱਖੀ ਹੋਈ ਹੈ ਇਹਨਾਂ ਦੀ। ਲੱਸੀ ਵੀ ਬਹੁਤ ਵਧੀਆ ਘਰ ਦੇ ਖਾਣੇ ਵਰਗਾ ਖਾਣਾ ਹੈਗਾ, ਤਾਜ਼ਾ ਸਵੱਸਥ ਖਾਣਾ ਹੈ, ਬਹੁਤ ਵਧੀਆ ਲੱਗਦਾ। ਕਿ ਕਈ ਬੰਦੇ ਪੜ੍ਹ ਲਿਖ ਕੇ ਸੰਗਦੇ ਨੇ ਕਿ ਆ ਛੋਟੇ ਕੰਮ ਵੱਡੇ ਕੰਮ ਨੂੰ, ਨਹੀਂ ਇਹ ਕੰਮ ਤਾਂ ਜੀ ਆਪਣੀ ਕਿਰਤ ਹੈਗੀ, ਜਿਹਦਾ ਆਪਾਂ ਮਿਹਨਤ ਕਰਾਂਗੇ ਕਿਤੇ ਵੀ ਕਾਮਯਾਬ ਹੋ ਸਕਦੇ ਹਾਂ। ਬਾਹਰ ਜਾ ਕੇ ਕਿਹੜਾ ਮਤਲਬ ਵੀ ਕੋਈ ਉਹ ਹੈਗਾ, ਆਪਣੇ ਆਪ ਕੰਮ ਕਰਨਾ ਹੀ ਪੈਂਦਾ, ਬਾਹਰ ਵੀ ਇੱਥੇ ਰਹਿ ਕੇ ਵੀ ਕਰ ਸਕਦੇ ਹਾਂ, ਬਸ ਬਾਹਰ ਜਾ ਕੇ ਥੋੜ੍ਹਾ ਜਿਹਾ ਲੋਕ ਤਜਰਬਾ ਦਿੰਦੇ ਆ ਵੀ ਕੰਮ ਕਰ ਸਕਦੇ ਹਾਂ ਅਸੀਂ, ਇੱਥੇ ਨਹੀਂ ਕਰ ਸਕਦੇ। ਹਰ ਇੱਕ ਇਨਸਾਨ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਆਪਣੀ ਮਿਹਨਤ ਕਰਕੇ ਹੈ ਨਾ ਖਾਣਾ ਚਾਹੀਦਾ ਜੀ। ਬਹੁਤ ਵਧੀਆ ਖਾਣਾ ਬਣਾਇਆ ਹੋਇਆ, ਤੁਸੀਂ ਵੀ ਖਾ ਕੇ ਦੇਖੋ। ਐਮ ਬੀ ਏ ਦੀ ਕੀਤੀ ਹੋਈ ਹੈ ਅਤੇ ਆਪਦੀ ਰੋਜ਼ੀ ਰੋਟੀ ਲਈ ਇਹ ਮਿਹਨਤ ਕਰਕੇ ਕਾਰੋਬਾਰ ਕਰਦਾ ਹੈ। ਜਿਹੜੇ ਮਤਲਬ ਕਿ ਲੋਕ ਬਾਹਰ ਜਾਂਦੇ ਆ ਉਹਨਾਂ ਸਾਰਿਆਂ ਨੂੰ ਇਸ ਮੁੰਡੇ ਤੋਂ ਸ਼ਿਕਸ਼ਾ ਲੈਣੀ ਚਾਹੀਦੀ ਆ ਵੀ ਆਪਾਂ ਤਾਂ ਆਪਦੇ ਪੰਜਾਬ ਦੇ ਵਿੱਚ ਹੀ ਕੰਮ ਕਰੀਏ, ਆਪਾਂ ਬਾਹਰ ਨੂੰ ਨਾ ਜਾਈਏ, ਤਾਂ ਕਿ ਆਪਣਾ ਪੰਜਾਬ ਇਸ ਗੱਲ ਦੇ ਉੱਪਰ ਪੂਰਾ ਪ੍ਰਫੁੱਲਿਤ ਹੋਊਗਾ। ਨੌਜਵਾਨਾਂ ਨੂੰ ਇਹੀ ਮੈਂ ਕਹਿਣਾ ਚਾਹੁੰਦਾ ਜੀ। ਮੇਰਾ ਨਾਮ ਸੰਦੀਪ ਸਿੰਘ ਹੈ, ਮੈਂ ਪਿੰਡ ਘੁੰਸਾਂ ਦੇ ਰਹਿਣ ਵਾਲਾ, ਇੱਕ ਮਿਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ। ਮਈ 2013 ਦੇ ਵਿੱਚ ਮੈਂ ਆਪਦੀ ਐਮ ਬੀ ਏ ਕੰਪਲੀਟ ਕਰ ਲਈ ਸੀ, ਉਦੋਂ ਬਾਅਦ ਕਿਸੇ ਦਾ ਜੋਬ ਦੀ ਜਰਨੀ ਸ਼ੁਰੂ ਹੋ ਗਈ, ਜੋਬ ਮਿਲ ਵੀ ਗਈ ਪ੍ਰਾਈਵੇਟ ਸੈਕਟਰ ਦੇ ਵਿੱਚ। ਬਟ ਕੀ ਸੀਗਾ, ਉੱਥੇ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਮੈਂ ਕਈ ਗੱਲਾਂ ਤੋਂ ਅਨਸੈਟਿਸਫਾਈਡ ਸੀਗਾ ਵੀ ਇੱਕ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜਾ ਸ਼ੋਸ਼ਣ ਹੈ ਉਹ ਬਹੁਤ ਜ਼ਿਆਦਾ ਆ। ਚਲੋ ਮੈਂ ਕਿਸੇ ਜਿੰਨਾ ਮੈਂ ਸੰਸਥਾਵਾਂ 'ਚ ਕੰਮ ਕੀਤਾ, ਮੈਂ ਇੱਕ ਪਰਟੀਕੁਲਰ ਕਿਸੇ ਸੰਸਥਾ ਦਾ ਨਾਮ ਨਹੀਂ ਲੈਂਦਾ, ਬਿਕੋਜ਼ ਕਿਉਂਕਿ ਜਿਹੜਾ ਸਟਾਫ ਹੈ ਉਹਦਾ ਅੱਜ ਵੀ ਮੈਂ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦਾ। ਬਿਕੋਜ਼ ਜੇ ਗੱਲ ਕਰ ਰਹੇ ਆਪਾਂ ਸਿਸਟਮ ਦੀ ਕਰ ਰਹੇ ਹਾਂ ਵੀ ਜਿਹੜਾ ਸਿਸਟਮ ਹੈ ਉਹ ਸਹੀ ਨਹੀਂ ਹੈਗਾ, ਵੀ ਇੱਕ ਇੰਪਲਾਈ ਨੂੰ ਐਜ਼ ਅ ਮਸ਼ੀਨ ਟ੍ਰੀਟ ਕੀਤਾ ਜਾਂਦਾ, ਮੈਨੂੰ ਇਹ ਗੱਲਾਂ ਠੀਕ ਨਹੀਂ ਲੱਗੀਆਂ। ਫਿਰ ਮੈਨੂੰ ਲੱਗਿਆ ਵੀ ਮੈਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਮੈਂ ਖੁਦ ਆਪਦਾ ਪਰਿਵਾਰ ਆ ਜਿਹੜਾ ਪਰਿਵਾਰ ਦਾ ਵੀ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਾਂ। ਕੁਛ ਮੈਂ ਐਵੇਂ ਦਾ ਕਰਾਂ ਕਿ ਅਲੱਗ ਢੰਗ ਦਾ ਹੀ ਹੋਵੇ। ਮੈਂ ਫਿਰ ਪਲੈਨ ਕੀਤਾ, ਜਦੋਂ ਲਾਸਟ ਜੋਬ ਮੈਂ ਰਿਜ਼ਾਇਨ ਪਾ ਕੇ, ਰਿਜ਼ਾਇਨ ਪਾਉਣ ਤੋਂ ਪਹਿਲਾਂ ਹੀ ਮੈਂ ਪਲੈਨ ਕਰ ਲਿਆ ਸੀ ਕਿ ਮੈਂ ਇਹ ਕੰਮ ਕਰਨਾ ਆ, ਕਿਉਂਕਿ ਰੀਜ਼ਨ ਕੀ ਸੀਗਾ ਜੀ, ਜੋਬ ਦੇ ਦੌਰਾਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ, ਇਸ ਟਾਈਮ ਵੀ ਮੈਨੂੰ ਹੁਣ ਡਿਪਰੈਸ਼ਨ ਦੀ ਪ੍ਰੋਬਲਮ ਕੰਟੀਨਿਊ ਰਹਿਣ ਲੱਗ ਗਈ। ਬਟ ਕੀ ਜਦੋਂ ਦਾ ਮੈਂ ਆਪਦਾ ਕੰਮ ਸਟਾਰਟ ਕੀਤਾ, ਮੈਨੂੰ ਉਹ ਬਹੁਤ ਗੱਲਾਂ ਤੋਂ ਰਿਲੀਫ ਮਿਲੀ ਹੈ। ਰਿਜ਼ਾਇਨ ਕਰਨ ਤੋਂ ਬਾਅਦ ਕੀ ਹੋਇਆ, ਮੇਰੇ ਕੋਲ ਫਿਰ ਮੇਰੇ ਦੋਸਤ ਦੀ ਕਾਲ ਆਈ, ਕਹਿੰਦਾ ਵੀ ਤੇਰੇ ਲਈ ਇੱਕ ਜੋਬ ਹੈ, ਕਹਿੰਦਾ ਮੈਨੂੰ ਰਿਜ਼ਿਊਮ ਭੇਜ ਦੇ ਵੀ ਤੇਰੇ ਲਈ ਜੋਬ ਲਵਾ ਦਿੰਦੇ। ਮੈਂ ਕਿਹਾ ਵੀ ਨਹੀਂ, ਮੈਂ ਆਪਦਾ ਖੁਦ ਦਾ ਕੰਮ ਕਰ ਰਿਹਾ। ਉਹ ਕਹਿੰਦਾ ਕੀ, ਕਹਿੰਦਾ ਮੈਂ ਕੜੀ ਚਾਵਲ ਵੇਚੂੰਗਾ। ਉਹ ਥੋੜ੍ਹਾ ਇੱਕ ਵਾਰ ਹੈਰਾਨ ਜਿਹਾ ਹੋ ਗਿਆ ਕੜੀ ਚਾਵਲ ਦਾ ਨਾਮ ਸੁਣ ਕੇ, ਕਹਿੰਦਾ ਵੀ ਤੇਰਾ ਫੈਸਲਾ ਇਹ ਅੰਤਿਮ ਫੈਸਲਾ ਤੇਰਾ, ਵੀ ਤੂੰ ਫਾਈਨਲ ਆ ਡਿਸੀਜਨ ਤੇਰਾ, ਵੀ ਤੂੰ ਵਾਕਈ ਇਹ ਕੰਮ ਕਰੇਗਾ। ਮੈਂ ਕਿਹਾ ਵੀ ਹਾਂ ਮੈਂ ਇਹ ਕਰੂੰਗਾ, ਅਤੇ ਚਲੋ ਜੋਬ ਦਾ ਤਾਂ ਆਪਾਂ ਹੁਣ ਖਿਹੜਾ ਛੱਡ ਹੀ ਦਿੱਤਾ ਇੱਕ ਹਿਸਾਬ ਨਾਲ। ਚਲੋ ਮੇਰੀ ਪੇਸ਼ਾ ਹੈ ਕਿ ਮੈਨੂੰ ਜੋਬ ਕਰਨੀ ਨਾ ਪਵੇ, ਮੈਂ ਦਿਲੋਂ ਕਰਨਾ ਨਹੀਂ ਚਾਹੁੰਦਾ, ਬਟ ਹਾਲਾਤ ਕੋਈ ਇੱਦਾਂ ਦੇ ਕ੍ਰੀਏਟ ਹੋ ਗਏ ਤਾਂ ਮੈਨੂੰ ਕਰਨੀ ਪਊਗੀ। ਇੱਥੇ ਕੀ ਹੈਗਾ, ਜਦੋਂ ਦਾ ਮੈਂ ਇੱਥੇ ਆਇਆ ਫਸਟ ਡੇ ਤੋਂ ਲੈ ਕੇ ਅੱਜ ਤੱਕ ਮੈਨੂੰ 12-13 ਦਿਨ ਹੋ ਗਏ ਜੀ। 12-13 ਦਿਨਾਂ ਦੇ ਵਿੱਚ ਚਾਹੇ ਆਪਾਂ ਪੈਸਾ ਚਾਹੇ ਥੋੜ੍ਹਾ ਹਿਸਾਬ ਨਾਲ ਕਮਾਇਆ, ਬਟ ਜਿਹੜੀ ਸੈਟਿਸਫੈਕਸ਼ਨ ਆ ਉਹ ਮੈਨੂੰ ਬਹੁਤ ਆ, ਜਿਹੜੀ ਕਿ ਮੈਨੂੰ ਇਹ ਛੋਟੀ ਜੋਬ ਤੋਂ ਮਿਲੀ ਸੀ। ਹੁਣ ਛੋਟੀ, ਮੈਂ ਛੋਟਾ ਇੱਥੇ ਸ਼ਬਦ ਵਰਤ ਰਿਹਾ ਸਿਰਫ ਲੋਕਾਂ ਲਈ, ਪਰ ਮੇਰੇ ਲਈ ਤਾਂ ਇਹ ਬਹੁਤ ਵੱਡਾ ਕੰਮ ਹੈ। ਵੱਡਾ ਕੰਮ ਕਿਉਂ ਆ, ਕਿਉਂਕਿ ਜਿਹੜਾ ਅੱਜ 13 ਤੋਂ ਲੈ ਕੇ 2013 ਤੋਂ ਲੈ ਕੇ 24 ਤੱਕ ਜਿਹੜਾ ਵੀ ਜਿਹੜੇ ਮੈਂ ਕੰਮ ਕੀਤੇ, ਇੰਨੀ ਮੈਨੂੰ ਕਿਤੋਂ ਸੰਤੁਸ਼ਟੀ ਨਹੀਂ ਮਿਲੀ ਜਿਹੜੀ ਮੈਨੂੰ ਸਿਰਫ ਇੱਥੇ ਧੁੱਪ 'ਚ ਖੜ੍ਹ ਕੇ ਵੀ ਮਿਲਦੀ ਹੈ।
ਸੈਟਿਸਫੈਕਸ਼ਨ ਜਿਹੜੀ ਆਪਣੀ ਪਰਸਨਲ ਬੰਦੇ ਦੀਆਂ ਕਈ ਗੱਲਾਂ ਹੁੰਦੀਆਂ ਉਹ ਮੇਰੀਆਂ ਪਿੱਛੇ ਰਹਿ ਗਈਆਂ ਸੀ, ਬਟ ਇੱਥੇ ਆ ਕੇ ਮੈਨੂੰ ਲੱਗ ਰਿਹਾ ਵੀ ਹਾਂ ਠੀਕ ਹੈ, ਮੈਨੂੰ ਆਪਣੇ ਆਪ ਨੂੰ ਸਕੂਨ ਆ। ਹੁਣ ਰੀਜ਼ਨ ਕੀ, ਆਪਣੇ ਇੱਕ ਵਿਚਾਰਧਾਰਾ ਬਣੀ ਵੀ ਹੈ ਸਰ ਕਿ ਜਦੋਂ ਆਪਾਂ ਕੋਈ ਵੀ ਕੰਮ ਸਟਾਰਟ ਆਪਣੇ ਕਿਉਂ ਨਹੀਂ ਕਰ ਪਾ ਰਹੇ ਮੁੰਡੇ, ਵੀ ਲੋਕ ਕੀ ਕਹਿਣਗੇ। ਅਤੇ ਇੱਕ ਮੈਂ ਨਹੀਂ ਕਰ ਸਕਦਾ, ਇਹ ਦੋ ਗੱਲਾਂ ਨੇ ਆਪਾਂ ਨੂੰ ਬਹੁਤ ਪਿੱਛੇ ਰੱਖਿਆ ਹੋਇਆ, ਜਿੱਦਾਂ ਕਿ ਮੈਂ ਹੁਣ ਪਹਿਲਾਂ ਉਹਦਾ ਮਾਇੰਡ ਸੈਟਅਪ ਇੱਦਾਂ ਦਾ ਬਣਾ ਲਿਆ ਕਿ ਮੈਂ ਲੋਕ ਕੀ ਕਹਿੰਦੇ ਮੈਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂ ਰੋਡ 'ਤੇ ਖੜ੍ਹਾ, ਮੈਂ ਕੁਛ ਆਪਦੀ ਚੀਜ਼ ਪ੍ਰੋਡਕਟ ਆਪਦਾ ਸੇਲ ਕਰ ਰਿਹਾ, ਮੇਰਾ ਮੇਰੇ ਭਾਅ ਜੀ ਮੇਰਾ ਬਿਜ਼ਨਸ ਆ, ਲੋਕ ਇਹਦੇ ਬਾਰੇ ਕੀ ਸੋਚਦੇ ਮੈਨੂੰ ਕੋਈ ਮੈਟਰ ਨਹੀਂ ਹੈਗਾ, ਮੈਂ ਆਪਦੀ ਕੁਆਲਿਟੀ ਅਤੇ ਆਪਦੇ ਪ੍ਰੋਡਕਟ 'ਤੇ ਮੈਂ ਧਿਆਨ ਦਿੰਦਾ। ਜੇ ਆਪਣੇ ਜਿਹੜੇ ਆਪਣੇ ਮੰਨ ਲਓ ਮੁੰਡੇ ਕੁੜੀਆਂ ਜਿਹੜੇ ਨੂੰ 20-30 ਲੱਖ ਰੁਪਇਆ ਇਨਵੈਸਟ ਕਰਕੇ ਉਹ ਫੋਰਨ ਜਾ ਰਹੇ ਨੇ, ਮੰਨ ਲਓ ਫਰਜ਼ ਕਰੋ ਜੇ ਉਹ ਇੱਥੇ ਹੀ ਕੰਮ ਸਟਾਰਟ ਕਰਨ, ਤਾਂ ਇੱਥੇ ਵੀ ਬਹੁਤ ਕੁਛ ਹੈ। ਇਹਦੀ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਿੰਦਾ। ਹੁਣ ਜਿਹੜੇ ਦੇਖੋ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ 'ਚ ਜਿਹੜੇ ਪ੍ਰਵਾਸੀ ਆਏ ਨੇ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੱਢ ਦਿਓ, ਕਿਉਂਕਿ ਬਾਣੀ ਕਹਿੰਦੇ ਵੀ ਮਾਨਵ ਕੀ ਜਾਤ ਸਭੇ ਇੱਕੋ ਪਹਿਚਾਣ ਹੋ, ਵੀ ਸਾਰੇ ਪਰਮਾਤਮਾ ਦੇ ਜੀ ਨੇ। ਬਟ ਕੀ ਆਪਾਂ ਉਹਨਾਂ ਤੋਂ ਇੱਕ ਚੀਜ਼ ਨਹੀਂ ਸਿੱਖੀ ਕਿ ਉਹ ਬਗਾਨੇ ਤੋਂ ਆ ਕੇ ਯੂਪੀ ਬਿਹਾਰ ਤੋਂ ਆ ਕੇ ਇੱਥੇ ਪੰਜਾਬ 'ਚ ਉਹਨਾਂ ਨੇ ਕੋਠੀਆਂ ਪਾ ਲਈਆਂ, ਉਹਨਾਂ ਨੇ ਪਲਾਟ ਲੈ ਲਏ, ਉਹਨਾਂ ਨੇ ਜ਼ਮੀਨਾਂ ਬਣਾ ਲਈਆਂ, ਉਹਨਾਂ ਨੇ ਕਿਵੇਂ ਬਣਾ ਲਿਆ, ਵੀ ਆਪਾਂ ਆਪਣੇ ਲਈ ਕਿੱਧਰ ਗਿਆ, ਆਪਣੇ ਲਈ ਕੋਈ ਹੋਰ ਪੰਜਾਬ ਆ। ਸੋ ਆਪਾਂ ਨੂੰ ਇੱਥੇ ਕੰਮ ਕਰਨਾ ਚਾਹੀਦਾ, ਜਿਵੇਂ ਮੈਂ ਹੁਣ ਡਿਸੀਜਨ ਲਿਆ, ਮੈਨੂੰ ਆਪਦੇ ਆਪ 'ਤੇ ਅਫਸੋਸ ਵੀ ਹੁੰਦਾ ਕਿ ਜਿਹੜਾ ਇਹ ਕੋਨਸੈਪਟ ਹੈ ਮੈਨੂੰ ਬਹੁਤ ਲੇਟ ਸਮਝ ਆਇਆ, ਜਿਹੜਾ ਕਿ ਟਾਈਮ ਤੋਂ ਪਹਿਲਾਂ ਆਉਣਾ ਚਾਹੀਦਾ। ਵੀ ਚਲੋ ਜਿਹੜੀ ਐਜੂਕੇਸ਼ਨ ਆ, ਐਜੂਕੇਸ਼ਨ ਦਾ ਜੋਬ ਨਾਲ ਕੋਈ ਸੰਬੰਧ ਨਹੀਂ ਹੈ ਮੇਰੇ ਹਿਸਾਬ ਨਾਲ। ਐਜੂਕੇਸ਼ਨ ਕੀ ਹੈ, ਤੁਹਾਨੂੰ ਇਹ ਚੀਜ਼ ਸਿਖਾਉਂਦੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਕਿਵੇਂ ਵਿਚਰਨਾ, ਲੋਕਾਂ ਨਾਲ ਕਿਵੇਂ ਵਰਤਾਓ ਕਰਨਾ। ਬਟ ਜਿਹੜੀ ਜੋਬ ਆ ਉਹ ਇੱਕ ਅਲੱਗ ਚੀਜ਼ ਹੈ, ਜੋਬ ਤਾਂ ਮੇਰੇ ਕੋਲ ਹੁਣ ਵੀ ਹੈਗੀ ਆ, ਲੋਕਾਂ ਦੇ ਭਾਅ ਦੀ ਹੈ ਨਹੀਂ ਕਿ ਮੇਰੇ ਕੋਲ ਜੋਬ, ਬਟ ਮੇਰੇ ਕੋਲ ਆਪਦੀ ਜੋਬ ਆ ਅਤੇ ਇੱਥੇ ਮੈਂ ਖੁਦ ਹੀ ਬੌਸ ਹਾਂ, ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ। ਜਿਹੜੀ ਕਿ ਮੈਨੂੰ ਪਿਛਲੇ ਪ੍ਰਾਈਵੇਟ ਜੋਬ ਦੇ ਵਿੱਚ ਮੈਨੂੰ ਇਹ ਦਿੱਕਤ ਆਈ ਸੀ ਕਿ ਜਵਾਬਦਾਰੀਆਂ ਬਹੁਤ ਹੁੰਦੀਆਂ ਉਹ 'ਤੇ, ਘਰ ਜੋ ਆਪਾਂ ਮੰਨ ਲਓ ਜੋਬ ਤੋਂ ਆਫ ਹੋ ਕੇ ਆਪਾਂ ਘਰ ਆ ਗਏ, ਮੰਨ ਲਓ ਘਰ ਆ ਗਏ ਉਦੋਂ ਵੀ ਟੈਨਸ਼ਨਾਂ ਨਾਲ ਹੁੰਦੀਆਂ। ਪਰ ਤੁਸੀਂ ਇਹ ਸਾਰਾ ਕੰਮ ਸਵੇਰ ਤੋਂ ਕਿਵੇਂ ਆਪ ਤਿਆਰ ਕਰਦੇ ਹੋ ਸਾਰਾ? ਅਸੀਂ ਸਰ ਮੈਂ ਮੈਰਿਡ ਹਾਂਗਾ, ਮੈਰਿਡ ਹਾਂ, ਅਸੀਂ ਮੋਰਨਿੰਗ 4 ਵਜੇ ਉੱਠਦੇ ਹਾਂ, ਮੇਰੀ ਵਾਈਫ ਅਤੇ ਅਸੀਂ ਦੋਨੋਂ ਮਿਲ ਕੇ ਅਸੀਂ ਇਹ ਸਾਰਾ ਸਮਾਨ ਤਿਆਰ ਕਰਦੇ ਹਾਂ ਜੀ। ਕੀ ਸ਼ਡਿਊਲ ਰਹਿੰਦਾ ਸਾਰਾ ਦਿਨ ਦੇ, ਕਿੰਨੇ ਵਜੇ ਆਉਂਦੇ ਹੋ, ਕਿੰਨੇ ਵਜੇ ਜਾਂਦੇ ਹੋ? ਬਸ 4 ਵਜੇ ਤੋਂ ਸਟਾਰਟ ਹੋ ਜਾਂਦੇ ਸਰ, ਇੱਥੇ ਆ ਜਾਣਾ ਮੈਂ 8:30 ਦੇ ਕਰੀਬ, ਮੈਕਸੀਮਮ ਮੈਂ ਇੱਥੇ 4 ਵਜੇ ਤੱਕ ਰਹਿੰਦਾ, ਬਟ ਸੇਲ 'ਤੇ ਡਿਪੈਂਡ ਹੈ, ਸੇਲ ਜਲਦੀ ਹੋ ਜਾਏ ਤਾਂ ਫਿਰ ਮੈਂ ਜਲਦੀ ਚਲਾ ਜਾਂਦਾ ਜੀ। ਕਿਸ ਤਰ੍ਹਾਂ ਰਿਸਪੋਂਸ ਆ ਲੋਕਾਂ ਦਾ? ਰਿਸਪੋਂਸ ਗੁੱਡ ਹੈ ਸਰ, ਵਧੀਆ ਜੀ। ਪੜ੍ਹਾਈ ਕਿੱਥੇ ਕੀਤੀ, ਕਿੰਨੀ ਪੜ੍ਹਾਈ ਕੀਤੀ ਅਤੇ ਪਰਿਵਾਰ 'ਚ ਕੌਣ ਕੌਣ? ਪਰਿਵਾਰ 'ਚ ਸਰ ਫਿਲਹਾਲ ਮੈਂ ਮੇਰੇ ਮੰਮਾ ਡੈਡੀ ਨੇ, ਮਾਤਾ ਪਿਤਾ ਨੇ, ਦੋ ਬ੍ਰਦਰ ਨੇ, ਸਿਸਟਰ ਉਹ ਮੈਰਿਡ ਨੇ ਅਤੇ ਮੈਂ ਵੀ ਮੈਰਿਡ ਹਾਂ, ਮੈਂ ਘਰ ਸਾਡੇ ਅਲੱਗ ਸੈਪਰੇਟ ਨੇ। ਪਰਿਵਾਰ ਨੇ ਨਹੀਂ ਕਿਹਾ ਕਿ ਪੜ੍ਹ ਲਿਖ ਕੇ ਤੂੰ ਆਹ ਕੰਮ ਕਰ ਰਿਹਾ? ਨਹੀਂ, ਐਕਚੁਅਲ 'ਚ ਕੀ ਸੀਗਾ, ਜਿਹੜਾ ਆਫਟਰ ਮੈਰਿਜ ਜਿਹੜਾ ਹੁੰਦਾ ਨਾ ਆਪਾਂ ਨੂੰ ਇੱਕ ਜਿਹੜਾ ਆਪਣਾ ਲਾਈਫ ਪਾਰਟਨਰ, ਉਹ ਸੈਟਿਸਫਾਈਡ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਮੈਂ ਆਹ ਕੰਮ ਕਰਨਾ, ਕੋਈ ਤੁਹਾਨੂੰ ਇਹ ਤੋਂ ਦਿੱਕਤ ਪਰੇਸ਼ਾਨੀ ਵੀ ਕੱਲ੍ਹ ਨੂੰ ਤੁਹਾਡਾ ਸਿਰ ਨੀਵਾਂ ਹੋਵੇ ਕਿਤੇ ਜਾਂਦਾ ਵੀ ਕਹੇ ਵੀ ਤੇਰੇ ਘਰ ਵਾਲਾ ਤਾਂ ਕੜੀ ਚੌਲ ਵੇਚਦਾ। ਉਹ ਕਹਿੰਦੀ ਮੈਨੂੰ ਕੋਈ ਦਿੱਕਤ ਨਹੀਂ, ਵੀ ਆਪਾਂ ਆਪਦਾ ਦੇਖਣਾ, ਕਿਉਂਕਿ ਉਹ ਚੀਜ਼ ਦਾ ਮੈਨੂੰ ਰਿਜ਼ਲਟ ਮਿਲਿਆ ਵੀ ਇਹ 12 ਦਿਨਾਂ ਦੇ ਵਿੱਚ, 12 ਦਿਨਾਂ ਦੇ ਵਿੱਚ ਮੈਂ ਆਪਦੇ ਬੱਚੇ ਨੂੰ ਉਨਾ ਟਾਈਮ ਦਿੱਤਾ ਜਿਹੜਾ ਮੈਂ ਪਿਛਲੇ 1 ਸਾਲ 'ਚ ਨਹੀਂ ਦਿੱਤਾ। ਇਸ ਚੀਜ਼ ਤੋਂ ਮੈਂ ਹਿਸਾਬ ਲਾ ਸਕਦਾ ਕਿ ਮੇਰਾ ਫੈਸਲਾ ਗਲਤ ਨਹੀਂ ਹੈਗਾ। ਮੈਂ ਆਪਦੇ ਮੇਨ ਕੀ ਹੁੰਦੀ ਹੈ, ਜਿਵੇਂ ਕਹਿੰਦੇ ਹੁੰਦੇ ਆ ਤੁਹਾਡੀ ਔਲਾਦ ਇੱਕ ਫਸਲ ਦੀ ਤਰ੍ਹਾਂ ਹੁੰਦੀ ਹੈ, ਮੈਂ ਚਾਹੁੰਦਾ ਮੇਰੀ ਬੇਸ ਸੀਗੀ। ਦੇਖੋ ਦੂਜਿਆਂ ਦੀ ਹਰ ਇੱਕ ਬੰਦੇ ਦੀ ਵਿਚਾਰਧਾਰਾ ਅਲੱਗ ਹੁੰਦੀ ਹੈ, ਪਰ ਮੈਨੂੰ ਸੀਗਾ ਵੀ ਮੈਂ ਆਪਦੇ ਬੱਚੇ ਨੂੰ ਟਾਈਮ ਦੇਵਾਂ। ਸੋ ਮੇਰੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਰਾ ਕੁਝ ਮੈਂ ਅਚੀਵ ਕਰ ਰਿਹਾ ਗਾ ਅਤੇ ਇਹਦੇ ਵਿੱਚ ਅਸੀਂ ਦੋਨੋਂ ਮੀਆਂ ਬੀਬੀ ਮਿਲ ਕੇ ਦੋਨੋਂ ਜਾਣੇ ਮਿਲ ਜੁਲ ਕੇ ਬਣਾਉਂਦੇ ਹਾਂ, ਸੁਬਹਾ ਸਮਾਨ ਬਣਾ ਕੇ
ਸਾਢੇ 8 ਵਜੇ ਦੇ ਨੂੰ ਮੈਂ ਇੱਥੇ ਆ ਜਾਣਾ। ਗੇਟ ਨੰਬਰ ਇਹ 3 ਹੈ ਜੀ, ਵਣ ਵਿਭਾਗ ਦੇ ਨਾਲ ਕਚਹਿਰੀ ਦੇ ਸਾਹਮਣੇ, ਕੋਰਟ ਦੇ ਸਾਹਮਣੇ। MBA ਕਿਉਂ ਲਿਖਿਆ ਨਾਲ ਫਿਰ? MBA ਕਿੱਥੋਂ ਕੀਤੀ ਸੀ ਤੁਸੀਂ? MBA ਸਰ ਮਈ 2013 ਦੇ ਵਿੱਚ ਮੈਂ ਪਾਸ ਆਊਟ ਆਂਗਾ MBA ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਕੀਤੀ ਹੈ, ਮੇਨ ਕੈਂਪਸ ਤੋਂ ਨਹੀਂ ਮੈਂ ਕੀਤੀ। ਹਾਂ, ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਹੈ ਜੀ। ਫਿਰ MBA ਕਿਉਂ ਚੁਣਿਆ ਤੁਸੀਂ ਨਾਮ? MBA ਐਕਚੁਅਲ 'ਚ ਸਰ ਕੀ ਹੈ, ਇਹਦੇ ਨਾਲ ਕੀ ਹੈ, ਜਿਵੇਂ ਹੁਣ ਆਪਣੇ ਬਹੁਤ ਐਜੂਕੇਟਡ ਬੱਚੇ ਨੇ ਹੋਰ, ਬਟ ਉਹ ਅਨਇੰਪਲੋਇਡ ਨੇ, ਉਹਨਾਂ ਕੋਲ ਜੋਬ ਨਹੀਂ ਹੈਗੀ। ਹੁਣ ਜਾਂ ਤਾਂ ਮੇਰੇ ਕੋਲ ਦੋ ਆਪਸ਼ਨਾਂ ਸੀਗੀਆਂ ਵੀ, ਜਾਂ ਤਾਂ ਮੈਂ ਇੱਥੇ ਕਿਤੇ ਧਰਨਾ ਲਾ ਕੇ ਬਹਿ ਜਾਂਦਾ, ਕਿਸੇ ਦਾ ਪੁਤਲਾ ਫੂਕਣਾ, ਕੁਛ ਉਹ ਕਰਨਾ, ਉਹ ਆਪਾਂ ਕੰਮ ਕਰਨਾ ਨਹੀਂ। ਵੀ ਮੈਂ ਸਰਕਾਰ ਨੂੰ ਬਲੇਮ ਨਹੀਂ ਕਰਦਾ, ਬਟ ਮੈਂ ਕੀ ਕਹਿਣਾ ਵੀ ਐਸੇ ਜਿਹੇ ਜਿਹਾ ਇਨਵਾਇਰਮੈਂਟ ਹੈ ਐਸੇ 'ਚ, ਮੈਂ ਇੱਕ ਐਸੀ ਸਥਿਤੀ ਕ੍ਰੀਏਟ ਕਰ ਦੇਣੀ ਆ ਵੀ ਹਾਂ ਅਗਲਾ ਦੇਖਣ ਵਾਲਾ ਕਹੇ ਵੀ ਯਾਰ ਐਵੇਂ ਵੀ ਹੋ ਸਕਦਾ। ਉਹ ਚੀਜ਼ ਕਰਨੀ ਆ, ਇੱਕ ਕੋਸ਼ਿਸ਼ ਹੈ ਜਿਹੜਾ, ਜਿਵੇਂ ਕਹਿੰਦਾ ਸਫਲਤਾ ਅਸਫਲਤਾ ਉਹ ਮਾਲਕ ਦੇ ਹੱਥ 'ਚ ਹੈ। ਮਤਲਬ ਕਿ ਵੀ ਇਸ ਹਿਸਾਬ ਨਾਲ ਮਿਹਨਤ ਕਰਨੀ ਹੈ ਵੀ ਜਿਹੜੇ ਜਿਹੜੇ ਇਹ ਸੋਚਦੇ ਬੱਚੇ, ਹੁਣ ਕਈ ਸੁਸਾਈਡ ਕਰ ਜਾਂਦੇ ਬੱਚੇ, ਮੈਂ ਖੁਦ ਪਲਾਨ ਕਰ ਲਿਆ ਸੀ ਸੁਸਾਈਡ ਦਾ ਵੀ ਮੈਂ ਸੁਸਾਈਡ ਕਰਨੀ ਹੈ। ਮੈਂ ਤਾਂ ਐਡਵਾਂਸ ਤਰੀਕੇ ਨਾਲ ਸੁਸਾਈਡ ਦਾ ਪਲਾਨ ਕੀਤਾ, ਮੈਂ ਤਾਂ ਸਰਚ ਵੀ ਕਰਦਾ ਜੀ ਗੂਗਲ 'ਤੇ ਵੀ ਮੰਨ ਲਓ ਬੰਦਾ ਫਾਂਸੀ ਲਾ ਕੇ ਕਿੰਨੇ ਚਿਰ 'ਚ ਮਰ ਜਾਂਦਾ, ਜ਼ਹਿਰ ਨਾਲ ਬੰਦਾ ਕਿੰਨੇ ਚਿਰ 'ਚ ਮਰ ਜਾਂਦਾ, ਕਿਹੜਾ ਉਹ ਸਭ ਤੋਂ ਸੌਖਾ ਬੈਸਟ ਤਰੀਕਾ ਜਿਹਨਾਂ ਜਲਦੀ ਮਰ ਜਾਂਦਾ। ਮੈਂ ਖੁਦ ਸਰਚ ਕੀਤਾ ਕਿਉਂਕਿ ਮੇਰੇ 'ਤੇ ਡਿਪਰੈਸ਼ਨ ਇੱਕ ਲੈਵਲ ਤੱਕ ਚਲਾ ਗਿਆ ਸੀ ਵੀ ਮੇਰਾ ਮਾਇੰਡ ਹੀ ਬਲੌਕ ਹੀ ਹੋ ਗਿਆ ਸੀ। ਬਟ ਕੀ ਹੈ, ਮੈਂ ਕਿਹਾ ਵੀ ਜਿਹੜਾ ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ, ਕਾਇਰਾਂ ਦੀ ਤਰ੍ਹਾਂ ਕਿਤੋਂ ਭੱਜ ਜਾਣਾ ਮੈਦਾਨ ਛੱਡ ਕੇ, ਉਹਦਾ ਕੋਈ ਹੱਲ ਨਹੀਂ ਹੈਗਾ। ਮੈਂ ਫੈਸਲਾ ਲਿਆ ਵੀ ਮੈਂ ਕਰਨਾ ਹੈ ਜਿਹੜਾ ਹੁਣ ਇਹ ਕੰਮ, ਇਹ ਮੈਂ ਮੱਥ ਲਿਆ। ਅੱਜ ਤੁਸੀਂ ਇੱਥੇ ਆਏ ਹੋ, ਪਰਮਾਤਮਾ ਨੇ ਸੁੱਖ ਸਾਂਦ ਰੱਖੀ, ਇਹਦੀ ਜਗ੍ਹਾ 'ਤੇ ਕੋਈ ਹੋਰ ਵਹੀਕਲ ਵੀ ਹੋ ਸਕਦਾ ਇੱਕ ਸਾਲ ਤੋਂ ਵੀ। ਇਹ ਚੀਜ਼ ਮੈਂ ਹੰਕਾਰ 'ਚ ਨਹੀਂ ਕਹਿ ਰਿਹਾ, ਮੈਂ ਸਿਰਫ ਕੀ ਹੈ ਇਹ ਕਹਿਣਾ ਵੀ ਮੈਂ ਮਿਹਨਤ ਕਰੂੰਗਾ, ਦੇਣਾ ਮਾਲਕ ਨੇ ਜੀ। ਕੀ ਸਮਾਨ ਲਿਆਂਦਾ ਤੁਸੀਂ ਇੱਥੇ? ਸਮਾਨ ਸਰ ਮੇਰੇ ਕੋਲ ਹਜੇ ਤਾਂ ਸਟਾਰਟਿੰਗ ਹੈ, ਮੇਰੇ ਕੋਲ ਕੜੀ ਅਤੇ ਚਾਵਲ ਹੁੰਦੇ ਆ। ਕੜੀ ਅਤੇ ਚਾਵਲ ਨਾਲ ਲੱਸੀ ਜਿਹੜੀ ਸਿੰਪਲ ਆ ਉਹ ਕੰਪਲੀਮੈਂਟਰੀ ਹੈ, 40 rupees ਦੀ ਪਲੇਟ ਆ। ਜਿਹੜੀ ਠੰਡੀ ਮਿੱਠੀ ਲੱਸੀ ਹੁੰਦੀ ਆ ਉਹ 20 rupees ਦਾ ਗਲਾਸ ਹੈ ਜੀ, 20 rupees ਦਾ ਗਲਾਸ। ਮਤਲਬ ਮੈਂ ਪ੍ਰਾਈਸ ਘੱਟ ਰੱਖਿਆ, ਮੈਨੂੰ ਐਂ ਮੇਰੀ ਸੇਲ ਵੱਧ ਹੋਵੇ ਮੈਂ ਰੇਟ ਘੱਟ ਰੱਖਾਂ। ਐਂਡ ਜਿਹੜੀ ਕੁਆਲਿਟੀ ਹੈ, ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਕੜੀ ਬਣਾਉਂਦੇ ਹਾਂ, ਉਹ 'ਚ ਬੇਸਣ ਹੈਗਾ, ਉਹ ਮੈਂ ਚੱਕੀ 'ਤੇ ਜਾ ਕੇ ਉਹਨਾਂ ਦੀ ਦਾਲ ਲੈ ਕੇ ਖੁਦ ਮੈਂ ਪਿਹਾਉਂਦਾ। ਮਤਲਬ ਕਿ ਸ਼ੁੱਧਤਾ ਦਾ ਇੰਨਾ ਧਿਆਨ ਰੱਖਦਾ ਵੀ ਜਿਹੜੇ ਕਸਟਮਰ ਆ, ਜਿਹੜੇ ਮੇਰੇ ਕੋਲ ਬੰਦੇ ਆਉਣ, ਉਹ ਖਾਣ ਤਾਂ ਕਮ ਸੇ ਕਮ ਉਹਨਾਂ ਦੀ ਹੈਲਥ ਖਰਾਬ ਨਾ ਹੋਵੇ। ਤਾਂ ਕਰਕੇ ਪ੍ਰਾਈਸ ਘੱਟ ਰੱਖਿਆ, ਕੁਆਲਿਟੀ ਹਾਈ ਰੱਖੀ ਹੈ, ਮਤਲਬ ਕਿ ਲੰਬੇ ਟਾਈਮ ਵਾਸਤੇ ਸੋਚਿਆ। ਇਹ ਨਹੀਂ ਹੈਗਾ ਵੀ ਕੇਰਾਂ ਇੱਕ ਵਾਰੀ ਪ੍ਰੋਫਿਟ ਮਾਰਜਨ ਮੈਂ ਆਪਣਾ ਜ਼ਿਆਦਾ ਰੱਖ ਲਿਆ ਵੀ ਹਾਂ ਮੈਨੂੰ ਮੇਰੀ ਜੇਬ ਭਰ ਗਈ, ਲੋਕ ਮਰਦੇ ਆ ਮਰਨ ਦੇ, ਉਹ ਚੀਜ਼ ਨਹੀਂ। ਮੈਂ ਥੋੜ੍ਹਾ ਕੰਸੈਪਟ ਅਲੱਗ ਰੱਖਿਆ ਵੀ ਹਾਂ ਮੇਰਾ ਵੀ ਘਰ ਚੱਲੂਗਾ, ਕਿਉਂਕਿ ਮੈਨੂੰ ਭਰੋਸਾ ਆਪਣੇ ਲੋਕਾਂ 'ਤੇ, ਸਾਥ ਦੇਣਗੇ 100% ਸਾਥ ਦੇਣਗੇ। ਬਟ ਕੀ ਹੈ, ਉਹ ਵਧੀਆ ਵੀ ਖਾਣਗੇ।